ਕਈ ਵਾਰ ਲੋਕੀ ਪਿਆਰ ਤਾਂ ਕਰਦੇ ਹੈ ਪਰ ਮਨ ਵਿੱਚ ਇੱਕ ਡਾਊਟ ਵੀ ਰੱਖਦੇ ਹੈ ਕਿ ਪਤਾ ਨਹੀਂ ਸਾਹਮਣੇ ਵਾਲਾ ਰਿਸ਼ਤੇ ਵਿੱਚ ਆਪਣਾ 100% ਦੇ ਰਿਹਾ ਹੈ ਜਾਂ ਨਹੀਂ। ਇਸ ਚਿੰਤਾ ਜਾਂ ਡਰ ਤੋਂ ਬਾਹਰ ਨਿਕਲਣ ਵਾਸਤੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇੱਕ ਵਾਰ ਇੱਕ ਮੁੰਡਾ ਅਤੇ ਇੱਕ ਕੁੜੀ ਪਾਰਕ ਵਿੱਚ ਇਕੱਠੇ ਖੇਡ ਰਹੇ ਹੁੰਦੇ ਹੈ। ਮੁੰਡੇ ਕੋਲ ਬਹੁਤ ਸਾਰੇ ਵਧੀਆ ਖਿਡੌਣੇ ਹੁੰਦੇ ਹੈ ਅਤੇ ਕੁੜੀ ਕੋਲ ਬਹੁਤ ਵਧੀਆ ਵਧੀਆ ਮਿਠਾਈਆਂ। ਉਹ ਕੁੜੀ ਮੁੰਡੇ ਤੋਂ ਖਿਡੌਣੇ ਮੰਗਦੀ ਹੈ ਤਾਂ ਮੁੰਡਾ ਕੁੜੀ ਦੀਆਂ ਸਾਰੀਆਂ ਮਿਠਾਈਆਂ ਦੇ ਬਦਲੇ ਆਪਣੇ ਸਾਰੇ ਖਿਡੌਣੇ ਦੇਣ ਵਾਸਤੇ ਰਾਜ਼ੀ ਹੋ ਜਾਂਦਾ ਹੈ। ਉਸ ਤੋਂ ਬਾਅਦ ਕੁੜੀ ਤਾਂ ਆਪਣੀਆਂ ਸਾਰੀਆਂ ਮਿਠਾਈਆਂ ਉਸ ਮੁੰਡੇ ਨੂੰ ਦੇ ਦਿੰਦੀ ਹੈ ਪਰ ਮੁੰਡਾ ਚਲਾਕੀ ਕਰਕੇ ਆਪਣੇ ਸਭ ਤੋਂ ਵਧੀਆ 2-3 ਖਿਡੌਣੇ ਲੁਕੋ ਲੈਂਦਾ ਹੈ ਅਤੇ ਬਾਕੀ ਦੇ ਸਾਰੇ ਖਿਡੌਣੇ ਉਸ ਕੁੜੀ ਨੂੰ ਦੇ ਦਿੰਦਾ ਹੈ। ਉਸ ਰਾਤ ਉਹ ਕੁੜੀ ਤਾਂ ਉਹਨਾਂ ਖਿਡੌਣਿਆਂ ਨਾਲ ਖੇਡਦੇ ਹੋਏ ਖੁਸ਼ੀ ਖੁਸ਼ੀ ਸੌਂ ਜਾਂਦੀ ਹੈ ਪਰ ਉਹ ਮੁੰਡਾ ਉਹਨਾਂ ਮਿਠਾਈਆਂ ਨੂੰ ਬਿਲਕੁਲ ਵੀ ਇੰਜੋਏ ਨਹੀਂ ਕਰ ਪਾਉਂਦਾ। ਉਸ ਦੇ ਮਨ ਵਿੱਚ ਵਾਰ ਵਾਰ ਇਹ ਖਿਆਲ ਆਉਂਦਾ ਹੈ ਕਿ ਹੋ ਸਕਦਾ ਹੈ ਉਸ ਕੁੜੀ ਨੇ ਵੀ ਕੁਝ ਮਿਠਾਈਆਂ ਲੁਕੋਲੀਆਂ ਹੋਣ ਜਿਵੇਂ ਕਿ ਉਸਨੇ ਸਭ ਤੋਂ ਵਧੀਆ ਖਿਡੌਣੇ ਲੁਕੋਲੇ ਸੀ। ਜਦੋਂ ਤੁਸੀਂ ਖੁਦ ਕਿਸੇ ਰਿਸ਼ਤੇ ਵਿੱਚ ਆਪਣਾ 100% ਨਹੀਂ ਦਿੰਦੇ ਤਾਂ ਤੁਹਾਡੇ ਮਨ ਵਿੱਚ ਇਹ ਡਾਊਟ ਜ਼ਰੂਰ ਆਉਂਦਾ ਹੈ ਕਿ ਹੋ ਸਕਦਾ ਹੈ ਸਾਹਮਣੇ ਵਾਲਾ ਵੀ ਤੁਹਾਡੇ ਨਾਲ ਧੋਖਾ ਕਰ ਰਿਹਾ ਹੋਵੇ ਅਤੇ ਇਹ ਗੱਲ ਸਿਰਫ ਪਿਆਰ ਦੇ ਰਿਸ਼ਤੇ ਵਿੱਚ ਹੀ ਨਹੀਂ ਦੋਸਤੀ ਬਿਜ਼ਨਸ ਨੌਕਰੀ ਹਰ ਰਿਸ਼ਤੇ ਵਿੱਚ ਲਾਗੂ ਹੁੰਦੀ ਹੈ। ਇਸ ਲਈ ਤੁਹਾਨੂੰ ਹਰ ਰਿਸ਼ਤੇ ਵਿੱਚ ਆਪਣਾ 100% ਦੇਣਾ ਚਾਹੀਦਾ ਹੈ ਤਾਂ ਕਿ ਤੁਸੀਂ ਚੈਨ ਨਾਲ ਰਹਿ ਕੇ ਆਪਣੀ ਜ਼ਿੰਦਗੀ ਦਾ ਹਰ ਪਲ ਇੰਜੋਏ ਕਰ ਸਕੋ। ਸੋ ਇਹ ਸੀ ਅੱਜ ਦਾ ਕਵਿਕ ਮਾਰਨਿੰਗ ਲੈਸਨ। ਜੇ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਕਰਨਾ ਨਾ ਭੁੱਲਿਓ ਜਨਾਬ, ਅਤੇ ਜੇ ਤੁਸੀਂ ਆਪਣਾ ਕੋਈ ਕੀਮਤੀ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਟਾਈਪ ਕਰਿਓ ਤਾਂ ਕਿ ਅਸੀਂ ਆਪਣੇ ਨੈਕਸਟ ਵੀਡੀਓਜ਼ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕੀਏ। ਅਤੇ ਜੇ ਤੁਸੀਂ ਆਪਣੀ ਹਰ ਸਵੇਰ ਦੀ ਸ਼ੁਰੂਆਤ ਇਸ ਤਰ੍ਹਾਂ ਦੇ ਇੱਕ ਸ਼ਾਨਦਾਰ ਵਿਚਾਰ ਨਾਲ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕੋਨ ਦਬਣਾ ਨਾ ਭੁੱਲਣਾ, ਕਿਉਂਕਿ ਹਰ ਵੱਡੀ ਸਕਸੈਸ ਦੀ ਸ਼ੁਰੂਆਤ ਬਸ ਇੱਕ ਵਿਚਾਰ ਨਾਲ ਹੀ ਹੁੰਦੀ ਹੈ ਅਤੇ ਕੀ ਪਤਾ ਕਿਹੜਾ ਵੀਡੀਓ ਤੁਹਾਡੀ ਪੂਰੀ ਲਾਈਫ ਚੇਂਜ ਕਰ ਦੇਵੇ। ਆਪਣੀ ਇਸ ਮਿਲੀਅਨ ਡਾਲਰ ਮਾਰਨਿੰਗ ਦਾ ਕੁਝ ਸਮਾਂ ਸਾਡੇ ਨਾਲ ਬਿਤਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁੱਡ ਬਾਏ ਐਂਡ ਹੈਵ ਏ ਪ੍ਰੋਡਕਟਿਵ ਡੇ।